ਵੀ ਮਾਤਾ ਚੰਦ ਕੌਰ ਜੀ ਦੇ ਕਤਲ ਨੂੰ 4 ਸਾਲੋਂ ਬਾਅਦ ਹੋਣ ਲੱਗੇ, ਕਿਉਂ ਨਹੀਂ ਅਜੇ ਇਨਸਾਫ ਮਿਲਿਆ, ਕੀ ਕਾਰਨ ਲੱਗਦਾ? ਐਕਚੁਲੀ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ ਨੂੰ 4 ਅਪ੍ਰੈਲ 2016 ਨੂੰ ਹੋਇਆ ਸੀ, ਅਤੇ ਉਹ ਪੋਲੀਟੀਕਲ ਪ੍ਰੈਸ਼ਰ ਕਰਕੇ ਜਿਹੜਾ ਜੋ ਹੈ ਉਹਦਾ ਹੱਲ ਨਹੀਂ ਹੋ ਰਿਹਾ ਕੋਈ ਵੀ। ਕੀ ਗੱਲ ਕੀ ਹੋਈ ਸੀ ਸ਼ੁਰੂ, ਕਿਉਂ ਕਤਲ ਹੈ, ਕੀ ਕਾਰਨ? ਮਾਤਾ ਜੀ ਐਕਚੁਲੀ ਮਾਤਾ ਜੀ ਏਕਤਾ ਕਰਵਾਉਣੀ ਚਾਹੁੰਦੇ ਸੀ। ਐਕਚੁਲੀ ਭੈਣੀ ਸਾਹਿਬ 'ਚ ਦੋ ਧੜਿਆਂ ਦੀ ਲੜਾਈ ਹੈ, ਇੱਕ ਠਾਕਰ ਉਦੇ ਸਿੰਘ ਅਤੇ ਇੱਕ ਸੰਤ ਜਗਤਾਰ ਸਿੰਘ। ਸੰਤ ਜਗਤਾਰ ਸਿੰਘ ਜੀ ਜੋ ਹੈ ਉਹ ਮਾਤਾ ਜੀ ਉਹਨਾਂ ਦੇ ਆਪਣੇ ਦੋ ਤਿੰਨ ਗੱਦੀ 'ਤੇ ਬਿਠਾਉਣਾ ਚਾਹੁੰਦੇ ਸੀ, ਅਤੇ ਠਾਕਰ ਉਦੇ ਸਿੰਘ ਜਿਹੜਾ ਸੀ ਇਹ ਗਰੁੱਪ ਜਿਹੜਾ ਸੀ ਇਹ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ, ਇਸ ਕਰਕੇ ਮਾਤਾ ਜੀ ਜੋ ਸਨ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਠਾਕੁਰ ਦੇ ਜੀ ਨੂੰ ਤੁਸੀਂ ਕਿਹੜੇ ਕਤਲ ਕੀਤਾ ਜਾਂ ਕਤਲ ਕਰਾਇਆ ਗਿਆ, ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਪਈ ਹਜੇ ਤੱਕ? ਇਹ ਪੋਲੀਟੀਕਲ ਪ੍ਰੈਸ਼ਰ ਕਰਕੇ ਨਹੀਂ ਪੈ ਰਹੀ, ਅਸੀਂ ਇਸ ਕਰਕੇ ਧਰਨੇ ਦੇ ਰਹੇ ਜਗ੍ਹਾ ਜਗ੍ਹਾ 'ਤੇ। ਦਿੱਲੀ 'ਚ ਵੀ ਅਸੀਂ ਧਰਨਾ ਦੇ ਕੇ ਆਏ, ਜਾ ਕੇ ਪ੍ਰਧਾਨ ਮੰਤਰੀ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ 12/12/2009 ਨੂੰ, ਅਤੇ ਉਸ ਤੋਂ ਬਾਅਦ ਅਸੀਂ ਇਸੇ ਚੀਜ਼ ਨੂੰ ਮਤਲਬ ਫੜਾਉਣ ਵਾਸਤੇ ਕਾਤਲਾਂ ਨੂੰ ਜੋ ਹੈ ਉਹ ਅਸੀਂ ਜ਼ਿਲ੍ਹਾ ਪੱਧਰ 'ਤੇ ਧਰਨੇ ਦੇ ਰਹੇ ਹਾਂ। ਇਹ ਧਰਨਾ ਲਾਇਆ, ਪਰਸੋਂ ਰੈਲੀ ਕੱਢੀ ਸੀ, ਡੀ ਸੀ ਸਾਨੂੰ ਮੰਗਵਾ ਦਿੱਤਾ, ਕੀ ਮਿਲ ਭਰੋਸਾ ਮਿਲਿਆ ਤੁਹਾਨੂੰ ਸੀਐਮ ਸਿਟੀ ਆ ਪੰਜਾਬ 'ਚ ਪਹਿਲਾਂ ਵੀ ਕਾਂਗਰਸ ਸਰਕਾਰ? ਭਰੋਸਾ ਸਾਨੂੰ ਇਹੀ ਮਿਲਿਆ ਕਿ ਪ੍ਰਧਾਨ ਮੰਤਰੀ ਨੂੰ ਤੁਹਾਡਾ ਮੰਗ ਪੱਤਰ ਪਹੁੰਚਾ ਦਿੱਤਾ ਜਾਏਗਾ, ਮਤਲਬ ਸਾਨੂੰ ਭਰੋਸਾ ਨਹੀਂ ਹੈ ਕਿ ਹੋਵੇ, ਕਿਉਂਕਿ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ, ਕਿਉਂਕਿ ਭੈਣੀ ਕਤਲ ਜੋ ਹੋਇਆ ਭੈਣੀ ਸਾਹਿਬ ਦੇ ਅੰਦਰ ਹੋਇਆ, ਅਤੇ ਭੈਣੀ ਸਾਹਿਬ ਇੱਕ ਐਸੀ ਜਗ੍ਹਾ ਹੈ ਜੋ ਕਿਲ੍ਹਾਨੁਮਾ ਜਗ੍ਹਾ, ਉੱਥੇ ਮਤਲਬ ਉਹਨਾਂ ਦੀ ਆਗਿਆ ਤੋਂ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਜਿੱਥੇ ਠਾਕੁਰ ਉਦੇ ਸਿੰਘ ਦੀ ਸੱਕੀ ਮਾਤਾ ਨਹੀਂ ਜਾ ਸਕਦੀ, ਉੱਥੇ ਕਾਤਲ ਕਿਵੇਂ ਜਾ ਸਕਦੇ ਨੇ? ਔਰ ਕਾਤਲ ਜਿਸ ਜਗ੍ਹਾ ਗਏ, ਜਿਸ ਜਗ੍ਹਾ ਉਹ ਕਹਿ ਰਹੇ ਨੇ, ਉੱਥੇ ਤਾਂ ਮਤਲਬ ਪਰਿੰਦਾ ਵੀ ਨਹੀਂ ਜਾ ਸਕਦਾ, ਕਿਉਂਕਿ ਜਗ੍ਹਾ ਹੀ ਐਸੀ ਹੈ, ਉੱਥੇ CCTV ਕੈਮਰੇ ਬੰਦ ਸਨ ਉਸ ਵੇਲੇ, ਇਸ ਕਰਕੇ ਸ਼ੱਕ ਲੱਗਦਾ। ਉਹ ਜਦੋਂ ਕਿ 50 ਬੰਦਿਆਂ ਦੀ ਸਕਿਉਰਟੀ ਉੱਥੇ ਆ, ਪ੍ਰਾਈਵੇਟ ਅਤੇ ਸਰਕਾਰੀ, ਉਹ ਹੋਣ ਕਰਕੇ ਸਾਨੂੰ ਇਹ ਸ਼ੱਕ ਲੱਗਦਾ ਵੀ ਇਹ ਕਤਲ ਨਹੀਂ ਹੋਇਆ ਬਾਹਰੋਂ ਹੋਇਆ ਕਿ ਨਹੀਂ ਹੋਇਆ, ਕਤਲ ਅੰਦਰ ਹੀ ਹੋਇਆ ਅਤੇ ਕਾਤਲ ਅੰਦਰ ਹੀ ਹਨ। ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ? ਅਸੀਂ ਚਾਹੁੰਦੇ ਹਾਂ ਵੀ ਅਸਲੀ ਕਾਤਲ ਜਿਹੜੇ ਨੇ ਉਹ ਫੜੇ ਜਾਣ, ਅਤੇ ਮਾਤਾ ਸਾਨੂੰ ਇਨਸਾਫ। ਤੁਸੀਂ ਕਹਿ ਲਓ ਮੈਂ ਜੇ ਧਰਨਾ ਲਾਇਆ ਪਰਸੋਂ, TC ਸਾਨੂੰ ਮੰਗ ਦਿੱਤਾ, ਅੱਗੇ ਤੁਹਾਨੂੰ ਕਿਹਾ ਪਹਿਲਾਂ ਵੀ ਜਦੋਂ ਕਤਲ ਹੋਇਆ ਉਦੋਂ ਵੀ ਸਰਕਾਰ ਸੀ, ਹੁਣ ਵੀ ਕਾਂਗਰਸ ਸਰਕਾਰ ਆ, ਕਿੰਨਾ ਕੁ ਵਿਸ਼ਵਾਸ ਸਰਕਾਰ ਦੇ ਉੱਪਰ? ਵਿਸ਼ਵਾਸ ਤਾਂ ਸਾਨੂੰ ਨਹੀਂ ਲੱਗਦਾ, ਕਿਉਂਕਿ ਇਹ ਮਤਲਬ ਪੋਲੀਟੀਕਲ ਪ੍ਰੈਸ਼ਰ ਹੀ ਇੰਨਾ, ਬਾਕੀ ਪੈਸੇ ਦਾ ਬੜਾ ਜ਼ੋਰ ਹੈ ਉਸ ਪਾਸੇ, ਇਸ ਕਰਕੇ ਸਾਨੂੰ ਉਮੀਦ ਤਾਂ ਨਹੀਂ ਹੈਗੀ, ਪਰ ਦੇਖੋ ਅਸੀਂ ਲੱਗੇ ਹੋਏ ਹਾਂ, ਤਦ ਤੱਕ ਅਸੀਂ ਇਹ ਨਹੀਂ ਹਟਾਂਗੇ ਜਦ ਤੱਕ ਸਾਨੂੰ ਇਹ ਪੂਰਾ। ਉਹਨਾਂ ਗੱਦੀ ਕਿਤੇ ਕਿਹਦੇ ਕੋਲ ਹੋਲੀ ਸੀ ਜਿਹੜੀ ਡੇਰੀ ਦੀ? ਭੈਣੀ ਸਾਹਿਬ ਦੀ ਜਗ੍ਹਾ ਜਿਹੜੀ ਡੇਰੇ ਦੇ ਜਿਹਦੇ ਵਿੱਚ ਕਤਲ ਹੋਇਆ, ਉੱਥੇ ਕੌਣ ਬੈਠਾ ਉਹਨਾਂ ਦੀ ਜਗ੍ਹਾ? ਠਾਕੁਰ ਉਦੇ ਸਿੰਘ ਬੈਠੇ ਹੋਏ। ਉਹਨਾਂ ਨੂੰ ਕੋਈ ਪ੍ਰਸ਼ਾਸਨ ਕੁਛ ਕਹਿੰਦੇ ਜੇ ਉਹਨਾਂ ਕੋਲ ਕੰਪਲੇਂਟਾਂ ਵੀ ਹੋਈ? ਨਹੀਂ, ਉਹਨਾਂ ਦਾ ਮਤਲਬ ਉਹਨਾਂ ਦਾ ਦਬਾਓ ਹੀ ਇੰਨਾ ਹੈ ਸਰਕਾਰਾਂ ਉੱਤੇ ਕਿ ਨਹੀਂ, ਉਹਦੇ 'ਤੇ ਕੋਈ ਅਸਰ ਨਹੀਂ ਹੋ ਰਿਹਾ। ਤੁਸੀਂ ਪਿੱਛੇ ਨਾਮ ਕਿਸੇ MLA ਜਾਂ ਕਿਸੇ ਮੰਤਰੀ ਦਾ ਨਾਮ ਵੀ ਲਿੱਤਾ ਸੀ ਤੁਸੀਂ ਉੱਥੇ? ਇਹ ਹੰਸਪਾਲ ਜੀ ਨੇ ਜਿਹੜੇ ਇਹ ਕਾਂਗਰਸ ਦੇ ਨੇਤਾ ਨੇ, ਉਹਨਾਂ ਉਹ ਉਸ ਧੜੇ ਦਾ ਪੂਰਾ ਸਾਥ ਦੇ ਰਹੇ ਨੇ, ਅਤੇ ਇਸ ਕਰਕੇ ਉਹ ਜਿਹੜਾ ਨਹੀਂ ਹੋ ਰਿਹਾ ਕੁਛ ਵੀ। ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਅੱਗੇ, ਕਿਸ ਤਰ੍ਹਾਂ ਦਾ ਰੂਪ ਹੋਊਗਾ, ਕੋਈ ਕੋਰਟ 'ਚ ਵੀ ਜਾਵੇ, ਕੋਈ ਹੋਰ ਕੁਛ? ਅਸੀਂ ਉਹਨਾਂ 'ਚ ਨਹੀਂ ਬੈਠਾਂਗੇ ਜਦ ਤੱਕ ਇਹ ਮਤਲਬ ਸਾਡਾ ਇਹ ਮਸਲਾ ਹੱਲ ਨਹੀਂ ਹੋ ਜਾਂਦਾ, ਤਦ ਤੱਕ ਅਸੀਂ ਇਹਨੂੰ ਹਜੇ ਛੋਟੇ ਰੂਪ 'ਚ ਕਰ ਰਹੇ ਹਾਂ, ਫਿਰ ਵੱਡੇ ਰੂਪ 'ਚ ਕਰਾਂਗੇ। ਕਿੰਨੇ ਮਤਲਬ ਤੁਸੀਂ ਕੱਲ੍ਹ ਪਟਿਆਲਾ ਕੀਤਾ, ਪਰਸੋਂ ਕੱਲ੍ਹ ਬਠਿੰਡੇ ਕਰਕੇ ਆਏ ਹੋ, ਕਿੰਨਾ ਕੁ ਪ੍ਰੈਸ਼ਰ ਲੱਗ ਰਿਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਜਾਂ ਹੋਰ ਸਰਕਾਰ ਦਾ ਪ੍ਰੈਸ਼ਰ ਵਗੈਰਾ? ਅਸੀਂ ਪ੍ਰੈਸ਼ਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਬਾਕੀ ਦੇਖੋ ਹੁਣ ਅੱਗੇ ਕੀ ਹੁੰਦਾ, ਨਹੀਂ ਹੋਏਗਾ ਤਾਂ ਅਸੀਂ ਬੈਠਾਂਗੇ ਨਹੀਂ ਜਦ ਤੱਕ ਸਾਡਾ ਇਹ ਮਤਲਬ ਸਾਨੂੰ ਇਨਸਾਫ ਨਹੀਂ ਮਿਲਦਾ। ਅਸੀਂ ਲੱਗੇ ਰਹਾਂਗੇ, ਸਾਨੂੰ ਵੱਡੇ ਰੂਪ 'ਚ ਕਰਨਾ ਪਿਆ ਉਹ ਵੀ ਕਰਾਂਗੇ, ਸਾਨੂੰ ਜੇ ਗ੍ਰਿਫਤਾਰੀਆਂ ਦੇਣੀ ਪਏ ਉਹ ਵੀ ਕਰਾਂਗੇ, ਜੇ ਸਾਨੂੰ ਤੁਹਾਡੇ ਲਈ ਹੋਰ ਕੋਈ ਜਿੱਥੇ ਮੈਨੂੰ ਉਹਦੇ ਨਾਲ ਹੋਰ ਕੋਈ ਭਾਈਚਾਰਾ ਤੁਹਾਡੇ ਨਾਲ ਹੈਗਾ? ਨਹੀਂ ਜੀ, ਹੋਰ ਭਾਈਚਾਰਾ ਕੀ, ਅਸੀਂ ਨਾਮਧਾਰੀ ਉਹ ਹੈ ਮਾਤਾ ਜੀ ਨੂੰ ਜੋ ਸਾਡੀ ਜਗਤ ਮਾਤਾ ਸੀ ਉਹਨੂੰ ਅਸੀਂ ਇਨਸਾਫ ਦਵਾ ਕੇ ਰਵਾਂਗੇ। ਨਹੀਂ ਕੋਈ ਹੋਰ ਜਥੇਬੰਦੀ ਜਿਵੇਂ ਅਕਾਲ ਤਖ਼ਤ, ਕੋਈ ਹੋਰ ਨਹੀਂ, ਹੋਰ ਜਥੇਬੰਦੀ ਸਾਡੇ ਨਾਲ ਕੋਈ ਨਹੀਂ, ਅਸੀਂ ਆਪ ਹੀ ਹਾਂ, ਕੋਸ਼ਿਸ਼ ਕਰ ਰਹੇ ਹਾਂ, ਬਾਕੀ ਸੰਗਤ ਨੂੰ ਆਮ ਸੰਗਤ ਨੂੰ ਵੀ ਕਹਿ ਰਹੇ ਹਾਂ ਵੀ ਮਾਤਾ ਜੀ ਦਾ ਕਤਲ ਇਸਤਰੀ ਜਾਤੀ ਦੇ ਦਾ ਸਤਿਕਾਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ, ਅਤੇ ਇਹ ਜੋ ਕਤਲ ਹੋਇਆ ਇਹਨੂੰ ਕਢਵਾਉਣਾ ਚਾਹੀਦਾ, ਕਿਉਂਕਿ ਇਸ ਅਗਰ ਨਹੀਂ ਕਢਵਾਵਾਂਗੇ ਤਾਂ ਕੱਲ੍ਹ ਨੂੰ ਇਸਤਰੀ ਜਾਤੀ ਦੇ ਉੱਤੇ ਹੋਰ ਵੀ ਅੱਤਿਆਚਾਰ ਹੋਣਗੇ। ਕਿਵੇਂ ਜੀਵਨ ਕਿਵੇਂ ਦਾ ਸੀ ਮਾਤਾ ਜੀ ਦਾ? ਮਾਤਾ ਜੀ ਦਾ ਜੀਵਨ ਜਿਹੜਾ ਬੜਾ ਸੱਚਾ ਸੁੱਚਾ ਸੀ, ਸੇਵਾ ਦੀ ਮੂਰਤ ਸਨ, ਉਹਨਾਂ ਨਾਮਧਾਰੀ ਪੰਥ ਨੂੰ ਤਾਂ ਮਤਲਬ ਗਰੀਬਾਂ ਦਾ ਬਹੁਤ ਉਹਨਾਂ ਨੇ ਉੱਚਾ ਚੁੱਕਿਆ, ਲੋਕਾਂ ਨੂੰ ਕਿਸੇ ਨੂੰ ਪੈਸਾ ਕਿਸੇ ਨੂੰ ਕੱਪੜਾ ਜੋ ਲੋੜਵੰਦ ਉਹਦੀ ਹਰ ਇੱਕ ਦੀ ਮਦਦ ਕੀਤੀ ਉਹਨਾਂ ਨੇ, ਉਹ ਤਾਂ ਹਰ ਵੇਲੇ ਸੇਵਾ ਦੀ ਮੂਰਤ ਸੀਗੇ, ਸੇਵਾ ਕਰਦੇ ਸੀ।